ਹਾਂਜੀ ਬਾਬੇ ਜੀ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਖੰਨਾ ਪਹੁੰਚੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ। ਮੈਨੂੰ ਭਾਈ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਵੀ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ ਖੰਨੇ, ਤੇ ਜਦੋਂ ਕੋਈ ਇਹੋ ਜਿਹੀ ਸਾਨੂੰ ਕੋਈ ਫੋਨ ਆਉਂਦਾ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ, ਕਿਉਂਕਿ ਲੜੀਵਾਰ ਕਈ ਜਗ੍ਹਾ ਬੇਅਦਬੀਆਂ ਹੋਈਆਂ ਤੇ ਸਾਡਾ ਸਿੱਖ ਪੰਥ ਦੇ ਸਿੱਖ ਆਗੂ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਸੀ ਉੱਥੇ ਪਹੁੰਚੀਏ, ਤੇ ਜਦੋਂ ਆ ਕੇ ਵੇਖਿਆ ਗੁਟਕਾ ਸਾਹਿਬ ਦੇ ਅੰਗ ਨਹੀਂ ਫੜੇ ਹੋਏ ਸੀ। ਕੋਈ ਇਹੋ ਜਿਹੀ ਗੱਲ ਨਹੀਂ, ਉਹ ਕਦੇ ਮਾਤਾ ਪਾਠ ਕਰਦੀ ਸੀ, ਉਹਦੇ ਹੱਥ ਗੁਟਕਾ ਸਾਹਿਬ ਉਹਦੇ ਬੇਟਾ ਨੇ ਖੋਇਆ, ਉਹ ਪਾਗਲ ਹੈ, ਪਾਗਲ ਵੀ ਕਿਹਾ ਜਾਂਦਾ, ਉਹ ਅਮਲੀ ਵੀ ਕਿਹਾ ਜਾਂਦਾ, ਨਸ਼ੇੜੀ ਵੀ ਕਿਹਾ ਜਾਂਦਾ। ਤੇ ਜਦੋਂ ਉਹਦੇ ਘਰ ਜਾ ਕੇ ਦੇਖਿਆ ਉੱਥੇ ਪਖੰਡਵਾਦ ਹੁੰਦਾ ਸੀ, ਭਗਵਾਨ ਸਿੰਘ ਦੀ ਚੌਂਕੀ ਲੱਗਦੀ ਸੀ ਤੇ ਲਾਲਾ ਵਾਲੇ ਪੀਰ ਦੀਆਂ ਫੋਟੋਆਂ ਹੋਰ ਦੇਵੀ ਦੇਵਤੇ ਦੀਆਂ ਫੋਟੋਆਂ ਸੀ। ਮਹੱਲੇ ਵਾਲੇ ਨੇ ਇਸ ਗੱਲ ਦੀ ਗਵਾਹੀ ਭਰੀ ਆ ਵੀ ਇਹ 2100-1100 ਰੁਪਇਆ ਇਹ ਲੋਕਾਂ ਤੋਂ ਲੈਂਦੀ ਸੀ, ਪਰ ਉਹ ਤੋਂ ਬਾਅਦ ਦੇ ਵਿੱਚ ਹੋਣ ਬੀਤਣ ਦੇ ਬਾਅਦ ਅਸੀਂ ਸਾਰਿਆਂ ਨੇ ਇੱਕ ਗੁਰਮਤਾ ਕਰਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਗੁਟਕਾ ਸਾਹਿਬ ਗੁਰੂ ਸਾਹਿਬ ਦੀਆਂ ਪੋਥੀਆਂ ਸੀ ਜਿਹੜੀਆਂ ਸੈਂਚੀਆਂ ਗੁਰੂ ਗ੍ਰੰਥ ਸਾਹਿਬ ਤੋਂ, ਉਹ ਸੇਫ ਜਗ੍ਹਾ ਤੇ ਪਚਾਦੀਆਂ ਨੇ ਮਾਤਾ ਨੂੰ ਕਹਿ ਕੇ ਚੱਲੇ ਆ ਵੀ ਆਪਣਾ ਪਖੰਡ ਬੰਦ ਕਰ ਦੇ, ਨਹੀਂ ਤਾਂ ਤੇ ਡੰਡਾ ਫਿਰੂਗਾ। ਤੇ ਇਹਨਾਂ ਨੂੰ ਅਸੀਂ ਚਰਨ ਕਮਲ ਸਾਹਿਬ, ਮਾਛੂਵਾੜਾ ਸਾਹਿਬ ਤੇ ਮੱਸਿਆ ਵਾਲੇ ਦਿਨ ਜਿਹੜਾ ਅੰਮ੍ਰਿਤ ਸੰਚਾਰ ਹੁੰਦਾ ਇਹਨਾਂ ਨੂੰ ਪੰਜਾਂ ਪਿਆਰਿਆਂ ਦੇ ਪੇਸ਼ ਕਰਾਂਗੇ, ਕਿਉਂਕਿ ਸਾਡੇ ਗੁਰਮਤਿ ਦੇ ਵਿੱਚ ਪੰਜਾਂ ਪਿਆਰਿਆਂ ਨੂੰ ਅਧਿਕਾਰ ਹੈ ਸਜ਼ਾ ਲਾਉਣ ਦਾ ਤੇ ਉਹਦੇ 'ਤੇ ਵਿਚਾਰ ਕਰਨ ਦਾ। ਪੰਜਾਂ ਸਿੰਘਾਂ ਨੂੰ ਅਧਿਕਾਰ ਹੈ, ਪੰਜ ਪਿਆਰਿਆਂ ਸਾਹਿਬਾਨਾਂ ਨੂੰ, ਅਤੇ ਉਹ ਵਿਚਾਰ ਕਰਕੇ ਜੋ ਉਹਨਾਂ ਦਾ ਹੋਊਗਾ ਉਹ ਦੱਸ ਦੇਣਗੇ ਜੀ। ਅਤੇ ਦਾਸ ਭਾਈ ਅਭਿਜੀਤ ਸਿੰਘ ਜੀ ਸਮਰਾਲਾ, ਗੁਰਪ੍ਰੀਤ ਸਿੰਘ ਜੀ ਉਟਾਲਾ ਅਤੇ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਦੇ ਮਲਕੀਤ ਸਿੰਘ ਜੀ ਨੇ। ਦੇਖੋ ਜੀ, ਅਸੀਂ ਸਾਰੇ ਸਿੰਘਾਂ ਨੇ ਸਹਿਯੋਗ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਥੇ ਕੋਈ ਸੁਖਾਣੀ ਘਟਨਾ ਨਾ ਵਾਪਰੀ, ਇਸ ਕਰਕੇ ਇਹਨੂੰ ਹੈਂਡਲ ਕਰਕੇ ਚੱਲੇ ਹਾਂ। ਪਰਮਾਤਮਾ ਵਾਹਿਗੁਰੂ ਸੁੱਖ ਰੱਖੇ ਸਾਰੇ ਪੰਜਾਬ ਤੇ ਤੇ ਤੰਦਰੁਸਤੀ ਵਾਸਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਹੈ ਤੁਹਾਡਾ? ਪਰਮਜੀਤ। ਤੇ ਕੀ ਗੱਲ ਕੀ ਹੋਈ ਹੈ ਤੁਹਾਡੇ? 2013 'ਚ ਮੇਰੇ ਘਰ ਵਾਲਾ ਪੂਰਾ ਹੋ ਗਿਆ ਸੀਗਾ, ਇਹ ਮੈਨੂੰ ਕਾਫਰਾ ਦੇ ਕੇ ਮਾਰਨ 'ਚ ਲੱਗਿਆ ਸੀਗਾ ਉਹਦੇ ਮਰੇ ਤੋਂ ਬਾਅਦ 10 ਦਿਨ ਬਾਅਦ। ਇਹ ਫਿਰ ਸੰਗਰੂਰ ਵਿਆਹਿਆ ਜੀ, ਇਹ ਮੈਨੂੰ ਛੱਡ ਕੇ ਉੱਥੇ ਚਲੇ ਗਿਆ ਸੀ। ਅੱਜ ਕੀ ਘਟਨਾ ਹੋਈ ਹੈ? ਅੱਜ ਘਟਨਾ ਹੋਈ ਹੈ ਜੀ, 3 ਮਹੀਨੇ ਹੋ ਗਏ ਮੈਨੂੰ ਬਹੁਤ ਤੰਗ ਕਰਦਾ। ਪਹਿਲਾਂ ਇਹ ਗੱਡੀ ਚਲਾਉਂਦਾ ਸੀਗਾ ਇੱਥੇ ਜਿੱਤਾ ਸਿੰਘ ਦੇ, ਖੁਦ ਉਹ ਕਾਰਡ ਰਿਹਾ। ਇਹ ਜਨਾਨੀ ਹੈ ਸੁੱਖੀ ਸੁਖਵਿੰਦਰ ਕੌਰ, 3 ਸਾਲ ਦਾ ਉਹਦੇ ਮਗਰ ਲਾ ਲਿਆ ਉਹਨੇ। ਉਹ ਸਾਡੇ ਘਰ ਆਉਂਦੀ ਜਾਂਦੀ ਸੀਗੀ, ਉਹ ਮੇਰੀ ਇਹਦੀ ਚਾਚੀ ਲੱਗਦੀ ਹੈ, ਇਹ ਉਹਨੂੰ ਬਾਬੀ ਕਹਿੰਦਾ। ਅਤੇ ਉਹ 3 ਸਾਲ ਦਾ ਇਹੋ ਜਿਹਾ ਮਗਰ ਲੱਗਿਆ, ਇਹਨੇ ਮੇਰਾ ਖਰਚਾ ਪਾਣੀ ਸਾਰਾ ਬੰਦ ਕਰਤਾ। ਉਹਨੇ ਮੈਨੂੰ ਰੋਟੀ ਦੀ ਜਹਿਰ ਵੀ ਪਾ ਕੇ ਦਿੱਤੀ ਆ, ਇਹਨੇ ਵੀ ਮੈਂ ਇਹਨੂੰ ਵਿਆਹ ਕੇ ਘਰ ਲੈ ਜਾਣਾ, ਤੈਨੂੰ ਮੈਂ ਮਾਰ ਦੇਣਾ। ਫਿਰ ਇੱਥੇ ਵੀ 2 ਵਾਰ ਕੇਸ ਆਇਆ ਸਾਡਾ, ਉਹਦੇ ਵੀ ਫੈਸਲਾ ਹੋਇਆ। ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਬੇਦਖਲ ਕਰਿਆ ਸਾਨੂੰ ਮਾਰਦਾ ਪੁੱਤਰਾ। ਉਹ ਕਹਿੰਦੇ ਜੇ ਤਾਂ ਬੇਦਖਲ ਕਰਿਆ ਹੈ ਤਾਂ ਇਹਨੂੰ ਇੱਕ ਕਮਰਾ ਦੇ ਦੇ। ਇਹ ਹੁਣ 3 ਸਾਲ ਦਾ ਕਮਰੇ 'ਚ ਰਹਿੰਦਾ, ਰੋਟੀ ਪਾਣੀ ਆਪਣਾ ਹੋਟਲ ਤੋਂ ਖਾਂਦਾ, ਨਾ ਮੈਨੂੰ ਖਰਚਾ ਦਿੰਦਾ, ਨਾ ਇਹ ਮੇਰੀ ਰੋਟੀ ਖਾਂਦਾ। ਉਹ ਕਹਿੰਦੇ ਵੀ ਘਰੇ ਜਿਹੜੇ ਹੈਗੇ ਤੁਸੀਂ ਮਹਾਰਾਜ ਦੀਆਂ ਪੋਥੀਆਂ ਵਗੈਰਾ ਰੱਖੀ ਹੋਈਆਂ ਸੀ? ਹਾਂਜੀ, ਗੁਰੂ ਗ੍ਰੰਥ ਸਾਹਿਬ 6-7 ਸਾਲ ਹੋ ਗਏ ਬਾਬਾ ਜੀ ਮੈਨੂੰ ਰੱਖੇ ਨੂੰ, ਪਾਠ ਪੂਜਾ ਕਰਦੀ ਸੀ। ਇਹ ਸਿਰਕਾਂ ਪੀੜੀਆਂ ਵੀ ਕਹਿੰਦੇ ਵਿਆਹ ਵੀ ਕਰਦਾ ਜੀ, ਮੇਰੇ ਤੋਂ ਗੁਟਕਾ ਖੋ ਕੇ ਹੱਥ ਚੋਂ ਛੱਡ ਦਿੰਦਾ ਜੀ, ਕਹਿੰਦੇ ਮੈਂ ਇੱਥੇ ਪਾਠ ਨਹੀਂ ਕਰਦਾ, ਤੈਨੂੰ ਮੈਂ ਇੱਥੇ ਪਾਠ ਨਹੀਂ ਕਰਨ ਦੇਣਾ ਹੈਗਾ। ਹੁਣ ਮੇਰੀ ਉਹ ਗੱਦੀ ਰੂਮ ਵਾਲੀ ਬਣਾਈ ਹੋਈ ਸੀ, ਮੈਂ ਭੁੰਜੇ ਬੈਠਣ ਜਾਏ ਮੇਰੇ ਕੋਲ, ਤੂੰ ਵੀ ਗੱਦੀ 'ਤੇ ਬਹਿ ਕੇ ਪਾਠ ਕਰਦੀ ਸੀ। ਇਹ ਮੈਨੂੰ ਕਹਿੰਦੇ ਨੇ ਵੀ ਤੂੰ ਚੌਂਕੀ ਲਾਉਂਦੇ, ਤੂੰ ਆ ਗਲਤ ਕੰਮ ਕਰਦੇ, ਮੇਰੇ ਘਰ ਵਾਲਾ ਬਿਮਾਰ ਹੋ ਗਿਆ ਅਤੇ ਅੱਜ ਤੋਂ ਬਹੁਤ ਸਾਲ ਪਹਿਲਾਂ ਜਦ ਬੱਚੇ ਛੋਟੇ ਛੋਟੇ ਸੀਗੇ, ਉਹ ਮੈਨੂੰ ਕਿਸੇ ਮੈਂਟਲ ਹੋ ਗਿਆ ਸੀ। ਮੈਨੂੰ ਕਿਸੇ ਨੇ ਕਹਿ ਵੀ ਤੂੰ ਬਾਬਾ ਵਡਭਾਗ ਸਿੰਘ ਦੇ ਰਹਿ ਜਾ, ਥੋੜ੍ਹੀ ਦੇਰ ਤੇ ਨਾਲ ਉੱਥੇ ਠੀਕ ਹੋ ਜੂਗਾ। ਮੈਂ ਉੱਥੇ ਲੈ ਗਈ ਜੀ, ਉੱਥੇ ਮੇਰੇ ਘਰ ਵਾਲਾ ਠੀਕ ਹੋ ਗਿਆ। ਜਦ ਤੋਂ ਦੇਖੋ ਮੈਂ ਉਹ ਬਾਬਾ ਜੀ ਦਾ ਸਤਿਕਾਰ ਕਰਨ ਲੱਗ ਗਈ, ਮੈਂ ਸਰੂਪ ਘਰ ਰੱਖ ਲਿਆ, ਫੋਟੋ ਲਿਆ ਕੇ ਜਾਣੀ ਮੰਨ ਜੀ ਗੁਰੂ ਗ੍ਰੰਥ ਸਾਹਿਬ ਨੇ ਜੋਤ ਗੁਰੂ ਗ੍ਰੰਥ ਸਾਹਿਬ ਦੇ ਲਾਉਣੇ ਆ ਜਾਣੀ। ਇਹਨਾਂ ਨੇ ਅੱਜ ਮੈਨੂੰ ਇਹ ਕਹਿੰਦੇ ਵੀ ਇਹ ਗਲਤ ਕੰਮ ਆ। ਮੈਂ ਕਿਹਾ ਜੀ ਮੈਂ ਇਹਨੂੰ ਤਾਂ ਮੰਨਦੀ ਹਾਂ ਵੀ ਮੇਰੇ ਘਰ ਵਾਲਾ ਉੱਥੋਂ ਠੀਕ ਹੋਈ ਸੀ, ਪਰ ਮੈਂ ਇਹ ਗੱਦੀ ਜੀ ਕੋਈ ਪੂਜਾ ਪਾਠ ਨਹੀਂ ਕਰਦੀ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਰਹੂੰਗੀ। ਇਹ ਹੁਣ ਸਮੈਕ ਪੀਂਦਾ ਜੀ, ਸਮੈਕ ਵੇਚਦਾ ਵੀ ਹੈ, ਪੀਂਦਾ ਵੀ ਹੈ। ਇਹਨੂੰ 4 ਮਹੀਨੇ ਹੋ ਗਏ ਕੰਮ ਛੱਡਤਾ, ਕਾਰ ਡਰਾਈਵਰ ਸੀਗਾ, ਉਹਨੇ ਚਿੱਟਾ ਵੇਚਦਾ, ਚਿੱਟਾ ਮੁੰਡੇ ਇੰਨੇ ਘਰ ਆਉਂਦੇ ਸੀ ਬਹੁਤ ਜ਼ਿਆਦਾ। ਮੈਂ ਕਿਹਾ ਮੇਰੀ ਕੁੜੀ ਦੁਬਈ ਚਲੇ ਗਈ, ਭਾਈ ਕੁੜੀਆਂ ਮੇਰੇ ਕੋਲ ਨੇ, ਤੂੰ ਮੁੰਡੇ ਨਾ ਇੱਥੇ ਲੈ ਕੇ ਆ। ਇਹ ਕਹਿੰਦਾ ਇੱਕਣੇ ਮੁੰਡੇ ਆਉਣਗੇ ਤੈਨੂੰ ਮੈਂ ਮਾਰ ਦੂੰਗਾ। ਇਹਨੇ ਮੇਰਾ ਕੋਈ ਕਹਿਣਾ ਨਹੀਂ ਮੰਨਿਆ ਹੈਗਾ, ਕੁੱਟਦਾ ਮਾਰਦਾ ਵੀ ਰਿਹਾ, ਮੇਰੇ ਗਾਲ ਘੁੱਟਦਾ ਵੀ ਰਿਹਾ। ਹੁਣ ਪਰਸੋਂ ਮੇਰੀ ਲੱਤ ਮੈਂ ਜੋੜਤੀ ਇਹਨੇ। ਪਰਸੋਂ ਰਾਤ ਨੂੰ ਅਸੀਂ 4 ਦਿਨ ਵਿਆਹ 'ਤੇ ਗਏ ਹੋਏ ਸੀ, ਮੇਰੀ ਭਤੀਜੇ ਦੇ ਮੁੰਡੇ ਦਾ ਵਿਆਹ ਸੀਗਾ। ਅਸੀਂ 4-5 ਵਜੇ ਘਰ ਆਏ ਹਾਂ, 5 ਵਜੇ ਆਏ ਹਾਂ ਤਾਂ ਇਹਨੇ ਬਹੁਤ ਔਖਾ ਕੁੰਡਾ ਖੋਲ੍ਹਿਆ, ਕੁੰਡਾ ਖੋਲ ਕੇ ਅਸੀਂ ਜਦੋਂ ਮੈਂ ਰਹਿ ਰਸ ਪਾਠ ਕਰਨ ਲੱਗੇ ਤਾਂ ਮੇਰੇ ਗੱਤੇ ਕੋਲ ਆ ਗਿਆ, ਮੇਰੇ ਗੁਟਕਾ ਸੁੱਕ ਕੇ ਚਿੱਟਣ ਲੱਗਿਆ। ਕਹਿੰਦਾ ਆਹ ਗੁਟਕਾ ਪਾਠ ਨਹੀਂ ਕਰਨ ਦੇਣਾ ਤੈਨੂੰ ਇੱਥੇ, ਕਹਿੰਦਾ ਨਿਕਲ ਇੱਥੋਂ ਮੇਰੇ ਘਰ ਤੋਂ। ਇਹਨੇ ਮੇਰੀ ਗਰਦਨ ਫੜੀ, ਗਰਦਨ ਫੜ ਕੇ ਮੈਨੂੰ ਉੱਥੇ ਪਿੱਛੇ ਮਰੋੜਤਾ, ਮਰੋੜਿਆ ਹੋਇਆ ਆ ਜਿਹੜੀ ਕੁੜੀ ਰੋਈ ਜਾਂਦੀ ਸੀ ਘਰੇ, ਮੇਰੇ ਦੋਹਤੀਆਂ ਦੀ ਦੋ
उन्होंने कुटन लग गया। उन्होंने कहना जी सुखी आनू बुला के लैके आओ जिद ना गलत साढ़े गुआढ़ लेंगे कहना उन्होंने बुला के लैके आओ ना तो मैंने चिट्टा बना के दिन जी ना मैंने वो चिट्टा दूगी नाले कहना उन्होंने घर बुला के लैके आओ इनू मारना मैं उन्होंने रखना ये जी पहला मैं राजे वाल विह थी वो कुड़ी हूँ मेरी कुड़ी ने 6 महीने की पाली आ कभी कोशिश नहीं की नशा छुड़ाने की कभी नशा तो ता छुड़ाव जी हम 3 साल मेरे तो अलग आ मेरे घर वाला 2013 च मर गया थी पेट्रोल पंप गिल तो गिर के उन्होंने आजना मिल फिट करना कंपनी भेजना थी उन्होंने ठेका ले लिया वो उतों गिर के मर गए जब तो बाद इन्हें मेरा खैड़ा छड़ता ये संगरूर चले गया बह हुआ थे संगरूर दुबारे दो कुड़िया ने वो तो बाद 3 साल उत्थे रहा 3 साल तो बाद फिर मैंने उरे आके कहना मेरा काम मंदा पै गया उत्थे मैंने दुबई भेज दी मैं अपने रिश्तेदार तो 1.5 लाख रुपया लैके इन्हू बाहर भेजा अरे 83,000 वह देना 2 साल 3 साल का वीजा लगे 2 साल लग्या कदे मैं 4 कदे 5 2-3 महीने को पैसे भेज देने मैंने कोई नहीं किया मैं तो फस गया इतने मजदूरी कहना इन ना कोई कर्जा दार है मेरा ये 2 साल का 1 साल का वीजा कैंसल करा के फिर आ गया इतने खन्ने आ गए।